हाँ जी सत श्री अकाल जी थोनू सारिआं नूं सो तुहाडा दे नवे ब्लॉग दे विच स्वागत है। सो इस टाइम नवां शहर च खड़े हां जी, नवां शहर आटो लैंड वालां दे कोल। इत्थे दो तिन्ना कम जे सी तां करके अज इन्नी दूर आउणा पिया। सो उह वी अज आपां दिखावांगे। सो सब तों पहलां सीट कवर बनाउणे दित्ते होए आ, सीट कवर लैणे सी इत्थों चार ट्रैक्टरां दे। ਉਹ ਤੁਹਾਨੂੰ ਦੱਸੂਗਾ ਕਿਹੜੇ ਕਿਹਨਾਂ ਦੇ ਚਾਰ ਟਰੈਕਟਰਾਂ ਦੇ, ਹੈ ਨਾ। ਇੱਕ ਤਾਂ ਮੈਂ ਆਪਣੇ ਅਰਜਨ ਨੋਵੋ ਜਿਹੜਾ ਨਵਾਂ ਲਿਆ 655 ਆਪਾਂ ਨੇ ਉਹਦੇ ਜੋਗਾ ਲਿਆ ਇੱਥੋਂ। ਸੇਮ ਟੂ ਸੇਮ ਹੈ ਨਾ, ਜਿਵੇਂ ਹੁਣ ਆਟੋ ਲੈਂਡ ਵਾਲੇ ਸੀਟ ਕਵਰ ਯੂਜ਼ ਕਰਦੇ ਆ, ਉਹੀ ਚੀਜ਼ ਆ। ਆਟੋ ਲੈਂਡ ਵਾਲੇ ਦੇ ਕੋਲੇ ਖੜੇ ਆਪਾਂ ਬਿਲਕੁਲ। ਅਤੇ ਬਾਕੀ ਅੱਜ ਵਾਲੇ ਬਲੌਗ ਦੇ ਵਿੱਚ ਨਾ ਆਪਾਂ ਇੱਕ ਤਾਂ ਸੀਟ ਕਵਰ ਵਾਲਾ ਜਿਹੜਾ ਉਹ ਆਪਾਂ ਐਡਅਪ ਕਰਾਂਗੇ ਸਭ ਤੋਂ ਪਹਿਲਾਂ ਫਰੰਟ 'ਚ, ਹੈ ਨਾ। ਦੁਪਹਿਰੇ ਜੇ ਆ ਗਏ ਸੀ, ਹੁਣ ਟਾਈਮ ਸ਼ਾਮ ਦਾ ਹੋ ਗਿਆ, ਸੀਟ ਕਵਰ ਤਿਆਰ ਹੋ ਗਿਆ ਆਪਣੇ, ਉਹ ਤੁਹਾਨੂੰ ਦਿਖਾਉਂਦੇ ਹਾਂ ਆਪਾਂ। ਅਤੇ ਇਸ ਤੋਂ ਬਾਅਦ ਜਾਣਾ ਸਮਰਾਲੇ, ਹੈ ਨਾ। ਸਮਰਾਲੇ ਵਾਲਾ ਕਲਿੱਪ ਆ ਜਿਹੜਾ ਮੈਂ ਉਹ ਐਡ ਕਰਦਾ ਇਸ ਤੋਂ ਬਾਅਦ। ਉੱਥੇ ਨਾ ਟਰੈਕਟਰ ਸੇਲ ਪਰਚੇਸ ਦਾ ਕੰਮ ਹੈ ਜਿਹੜਾ, ਉਹਨਾਂ ਗਿੱਲ ਐਂਡ ਕਲੇਅਰ ਫਾਰਮ ਵਾਲੇ, ਉਹਨਾਂ ਤੋਂ ਟਰੈਕਟਰ ਪਰਚੇਸ ਕੀਤਾ ਸੀ 855। ਤੁਸੀਂ ਸ਼ਾਇਦ ਪਿੱਛੇ ਬਲੌਗ ਵੀ ਦੇਖਿਆ ਹੋਊਗਾ ਜਿਹੜਾ ਆਪਾਂ ਨੇ ਜਿੱਦਣ 655 ਤਵੀਆਂ 'ਤੇ ਚੈੱਕ ਕਰਿਆ, ਨਾਲ 855 ਵੀ ਚੈੱਕ ਕਰਿਆ ਸੀ ਉਸ ਦਿਨ। ਮੈਸੀ ਕਟਾਇਆ ਸੀ, ਮੈਸੀ ਦੀ ਨਾ NOC ਰਿਲੇਟਡ ਥੋੜ੍ਹਾ ਜਿਹਾ ਕੰਮ ਜਿਹਾ। ਉੱਥੇ ਟਰੈਕਟਰ ਬਹੁਤ ਖੜੇ ਨੇ, ਆਪਾਂ ਉਹ ਟਰੈਕਟਰਾਂ ਜਿਹੜੇ ਉਹ ਵੀ ਤੁਹਾਨੂੰ ਦਿਖਾਵਾਂਗੇ। ਮਾਡਲ ਦੱਸੂਗਾ, ਰੇਟ ਪੋਸੀਬਲ ਹੋਇਆ ਉਹ ਮੈਂ ਦੱਸ ਦੂੰਗਾ, ਜੇ ਨਾ ਪੋਸੀਬਲ ਹੋਇਆ ਮੈਂ ਨਾ ਸਕਰੀਨ 'ਤੇ ਨੰਬਰ ਚਲਾ ਦੂੰਗਾ ਬਾਈ ਜੀ ਉਹਨਾਂ ਦਾ। ਛੋਟੇ ਤੋਂ ਲੈ ਕੇ ਬੜਾ ਟਰੈਕਟਰ ਸਾਰੇ MSC 241 ਉਹ ਤੋਂ ਥੱਲੇ ਵੀ ਖੜ੍ਹੇ, ਹੈ ਨਾ। ਤੋਂ ਉੱਪਰ 4x4 36 ਹੋਰ ਜਿੰਨੇ ਵੀ ਹੈ ਨਾ, ਜਿੰਨੇ ਵੀ ਮਤਲਬ 60-65-75 ਪਾਵਰ ਤੱਕ ਦੇ ਸਾਰੇ ਟਰੈਕਟਰ ਖੜ੍ਹੇ ਆ ਉੱਥੇ। ਉਹ ਸਾਰੇ ਟਰੈਕਟਰਾਂ ਦੇ ਅੱਜ ਆਪਾਂ ਵੀਡੀਓ ਨਾਲ ਐਡ ਕਰਾਂਗੇ। ਸੋ ਜਿਹਨੂੰ ਵੀ ਕਿਸੇ ਨੇ ਲੈਣਾ ਲੁਣਾ ਉਹ ਨਾਲ ਆਪਣਾ ਮੈਂ ਕੰਟੈਕਟ ਨੰਬਰ ਸ਼ੇਅਰ ਕਰੂੰਗਾ, ਸੋ ਜ਼ਰੂਰ ਸੰਪਰਕ ਕਰਿਓ, ਹੈ ਨਾ ਜੀ। ਅਤੇ ਹੁਣ ਸਭ ਤੋਂ ਪਹਿਲਾਂ ਆਪਾਂ ਸੀਟ ਕਵਰ ਦਿਖਾ ਦਈਏ, ਅੰਦਰ ਤਿਆਰ ਹੋ ਰਹੇ ਹਾਂ, ਮੈਂ ਦਿਖਾਉਂਦਾ ਇੱਕ ਮਿੰਟ। ਪਹਿਲਾ ਸੀਟ ਕਵਰ ਮੈਂ ਆਪਣੇ ਲਈ ਲਿਆ ਸੀ, ਦੋ ਅਮਨੀ ਨੇ ਆਪਣੇ, ਇੱਕ ਜੌਂਡੀਅਰ ਨੂੰ ਹੀ ਕਰ ਸਕਦੇ ਜਾਂਦੀ ਹੈ ਨਾ, ਤਿੰਨ ਦੇ। ਫਿਰ ਹਰਸ਼ਵੀਰ ਦਾ ਫੋਨ ਆ ਗਿਆ, ਉਹ ਟਾਈਮ ਪੁੱਛਿਆ, ਕਹਿੰਦਾ ਵੀ ਮਾਂ ਵੀ ਸੀਟ ਕਵਰ ਲੈਣਾ ਹੈ, ਕਹਿੰਦਾ ਇੱਕ ਮੇਰੇ ਜੋਗਾ ਵੀ ਲੈ ਕੇ ਆਇਆ ਜੀ। ਅਤੇ ਹੁਣ ਉਹਦੇ ਵਾਲਾ ਵੀ ਸੀਟ ਕਵਰ ਆ ਜਿਹੜਾ ਉਹ ਤਿਆਰ ਹੋ ਗਿਆ, ਅਤੇ ਦਿਖਾਉਂਦਾ ਮੈਂ ਅੰਦਰ ਚੱਲ ਕੇ। ਇੱਧਰ ਬਾਈ ਜੇਬਾਂ ਲੱਗ ਰਹੀਆਂ ਨੇ ਸੀਟ ਕਵਰਾਂ ਨੂੰ, ਅਤੇ ਆਹ ਮਤਲਬ ਬੈਠਣੇ ਵਾਲੀ ਹੈਗੀ ਨਾ, ਢੋ ਇਹਦੀ ਢੋਈ ਵੀ ਲਈ ਵਾਲੀ, ਅੱਛਾ ਵਿੱਚ ਪੈ ਗਈ ਇਹਦੇ, ਠੀਕ ਹੈ ਜੀ। ਇੱਕ ਸੈੱਟ ਤਿਆਰ ਕਰਕੇ ਲਈ, ਇਹ ਇੱਧਰ ਨੂੰ ਘੁਮਾ ਲਾਏ ਕਰਕੇ, ਇਹ ਆਏ 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 ਤਾਂ ਆਹ ਮੁੰਡੇ ਬਾਈ ਜੇਬਾਂ ਵੀ ਲਵਾਈਆਂ ਆਪਾਂ ਨੇ, ਜੇਬਾਂ ਵੀ ਲਵਾ ਲਈਏ, ਤਾਂ ਇੱਦਾਂ ਦੇ ਸੀਟ ਕਵਰ ਨੇ। ਅਤੇ ਬਾਕੀ ਫਿੱਟ ਹੋ ਕੇ ਕੱਲ੍ਹ ਨੂੰ ਦਿਖਾਵਾਂਗੇ ਤੁਹਾਨੂੰ, ਰੇਟ ਰੂਟ ਵੀ ਦੱਸਾਂਗੇ ਕਿੰਨੇ ਦੇ ਆਪਾਂ ਨੂੰ ਚਾਰ ਜਿਹੜੇ ਪਏ ਹੈ। ਲੋਕੇਸ਼ਨ ਆਪਾਂ ਤੁਹਾਨੂੰ ਆਲਰੇਡੀ ਦੱਸਤੀ, ਅਤੇ ਜੌਂਡੀਅਰ ਵਾਲਾ ਕਿੱਧਰ ਆਈ, ਤੇ ਇਹਨਾਂ ਦੇ ਵੀ ਨਾਲ ਲਵਾਏ, ਤੇ ਇਹ ਬਣ ਰਿਹਾ ਸੀ, ਇਹ ਵਾਲਾ ਹੈ ਨੀ, ਤਾਂ ਲਾਲ ਵਾਲੇ ਪਏ ਸੀ ਰੈਡ ਵਾਲੇ, ਤੇ ਇੱਕ ਆਹ ਹਰਸ਼ਵੀਰ ਜੋਗਾ ਵੀ ਲਿਆ ਉਹਦੇ ਵਾਲੇ ਜੋਗਾ, ਤਿੰਨ ਰੈਡ ਵਾਲੇ ਹੋ ਗਏ, ਇੱਕ ਆਹ ਜੈਲੋ ਹੋ ਗਿਆ, ਠੀਕ ਹੈ ਜੀ। ਤੇ ਜੇਬਾਂ ਲੱਗ ਰਹੀਆਂ, ਜੇਬਾਂ ਲੱਗ ਜਾਣ, ਉਸ ਤੋਂ ਬਾਅਦ ਦੱਸਦੇ ਹਾਂ ਫਿਰ ਤੁਹਾਨੂੰ ਆਪਾਂ, ਹੈ ਨਾ। ਪੂਰਾ ਰੋਪੜ ਵਾਲਾ ਰੋਡ ਹੈ ਨਾ, ਕਵੋਟਾ ਏਜੰਸੀ ਆ ਗਈ ਨਾਲ, ਆਹ ਕਵੋਟਾ ਏਜੰਸੀ ਆ ਗਈ, ਅਤੇ ਆਹ ਇਹਨਾਂ ਦਾ ਕਾਲਾ ਸੀਟ ਰਿਪੇਅਰ ਵਾਲਾ, ਹੈ ਨਾ। ਇਹ ਵੀ ਮੈਂ ਮਾਲਾ ਤੋਂ ਰੈਫਰੈਂਸ ਲਿਆ ਸੀ ਚੱਗੇ ਤੋਂ, ਉੱਥੋਂ ਨੰਬਰ ਲੈ ਕੇ ਫਿਰ ਆਪਾਂ ਅੱਗੇ ਇੱਥੇ ਪਹੁੰਚੇ। ਸੋ ਬਹੁਤ ਤਰ੍ਹਾਂ ਦੇ ਸੀਟ ਕਵਰ ਨੇ ਇੱਥੇ, ਬਣ ਜਾਣ ਫਿਰ ਤੁਹਾਨੂੰ ਪ੍ਰਾਈਜ਼ ਵੀ ਦੱਸਾਂਗੇ ਕਿੰਨੇ ਦਾ ਆਪਾਂ ਨੂੰ, ਹੈ ਨਾ, ਇੱਕ ਸੀਟ ਕਵਰ ਪਿਆ। ਅਤੇ ਹਰ ਤਰ੍ਹਾਂ ਦੀ ਸੀਟਾਂ ਬਣਾਉਂਦੇ ਹਾਂ ਇਹ, ਜਿਵੇਂ ਦੀ ਮਰਜ਼ੀ ਸੀਟ ਦਾ ਵੀ ਸਾਈਜ਼ ਦਾ, ਸੀਟ ਸਾਈਜ਼ ਕਹਿੰਦੇ ਮਣ ਕੇ ਲਿਆਓ ਤਾਂ ਉਵੇਂ ਦੀ ਆਪਾਂ ਬਣਾ ਕੇ ਦੇ ਦਿੰਦੇ ਹਾਂ, ਠੀਕ ਹੈ ਜੀ। ਅੱਗੇ ਦੀ ਕਾਰਵਾਈ ਤੁਹਾਨੂੰ ਦਿਖਾਉਂਦੇ ਹਾਂ, ਬਾਕੀ ਬਲੌਗ ਨਾਲ ਜੁੜੇ ਰਹੋ ਜੀ, ਲਾਸਟ ਤੱਕ ਬਲੌਗ ਅੱਜ ਪੂਰਾ ਇੰਟਰਸਟਿੰਗ ਵਾਲਾ ਆਪਾਂ। ਕਰ ਲਈ ਤਿਆਰੀ ਫਿਰ, ਲਓ ਜੀ ਮਿੱਤਰੋ, ਚਾਰ ਸੀਟ ਕਵਰ ਲੈ ਲਏ ਕਹਿੰਦੇ ਅੱਜ, ਇਕੱਠਾ ਹੀ ਸੌਦਾ ਮਾਰਿਆ ਚਾਰ ਸੀਟ ਕਵਰਾਂ ਦਾ। ਰੇਟ ਦੱਸਦੇ ਹਾਂ, ਗੱਡੀ 'ਚ ਬਹਿ ਜਾਈਏ, ਕਰਾਂ ਨਹੀਂ ਰੌਲਾ ਪੈ ਜੂਗਾ, ਕਹਿੰਦੇ ਰੇਟ ਮੈਂ ਗੱਡੀ 'ਚ ਬਹਿ ਕੇ ਦੱਸਾਂਗੇ, ਆਹ ਵੀ ਰੱਖ ਲਈਏ। ਮੈਂ ਕਹਿੰਦਾ ਇਹਨਾਂ ਪਰੇ ਬੈਠ ਕੇ ਆਓ ਤੁਸੀਂ। ਸੋ ਮਿੱਤਰੋ 100 ਕਿਲੋਮੀਟਰ ਦੀ ਦੂਰੀ 'ਤੇ ਜਾਣਾ ਹਲੇ, ਅਤੇ ਬਾਕੀ ਦਾਦੀ ਰੇਟ ਫਿਰ ਕੀ ਰੇਟ ਰੂਟ ਪਾਏ ਆ? ਹਾਂ ਦਾਦੀ ਬਾਈ 1500 ਦੇ ਹਿਸਾਬ ਨਾਲ ਸੀਟ ਕਵਰ ਬਣਾਉਂਦੇ ਹਾਂ ਹੁਣ ਅਸੀਂ, ਐਂ ਨਹੀਂ ਤੁਹਾਨੂੰ ਮਤਲਬ ਕਹਿ ਸਕਦੇ ਵੀ ਕਿੰਨਾ ਕੁ ਮਾਣ ਤਾਣ ਕਰੇ, ਹੈ ਨਾ। ਸੋ ਨੈੱਟ ਰੇਟ 1500 ਲੈਂਦੇ ਹਾਂ, ਜਿਵੇਂ ਕਹਿ ਦਿੰਦੇ ਵੀ ਐਕਸ ਸ਼ੋਰੂਮ ਪ੍ਰਾਈਜ਼, ਹੈ ਨਾ, ਵੀ ਇੰਨਾ ਭਾਈ ਵੀ। ਉਹ ਤੋਂ ਬਾਅਦ ਆਪਣਾ ਮੌਕੇ 'ਤੇ ਆ ਵੀ ਆਰਗੂਮੈਂਟ ਹੈ ਵੀ ਜਿੰਨਾ ਆਪਾਂ ਕਰ ਲਾਂਗੇ ਮਾਣ ਤਾਣ ਕਰ ਦਿੰਦੇ, ਸ਼ਾਮ ਨੂੰ ਪਾਰਟੀ ਜੋਗਾ ਛੱਡ ਦਿੰਦੇ ਹਾਂ, ਹੈ ਨਾ। ਅਸੀਂ ਬਾਈ ਚਾਰ ਜਣੇ ਦੇ ਦਬਾਓ ਪਾਇਆ ਤਾਂ ਕਿਤੇ ਆ ਕੇ ਪਾਰਟੀ ਜੋਗਾ ਹੀ ਲਾ ਹੋਇਆ, ਠੀਕ ਹੈ। ਅਤੇ ਬਾਕੀ ਹੁਣ ਇਸ ਤੋਂ ਬਾਅਦ ਹੈ ਜਿਹੜਾ ਸਮਰਾਲੇ ਟਰੈਕਟਰ ਵਾਲਾ ਬਲੌਗ, ਉਹ ਮੈਂ ਦਿਨ 'ਚ ਸ਼ੂਟ ਕਰ ਲਿਆ ਸੀ, ਉਹ ਹੁਣ ਮੈਂ ਨਾਲ ਐਡ ਕਰਦਾ। ਰੇਟ ਤੁਹਾਨੂੰ ਨਾਲ ਦੀ ਨਾਲੇ ਦੱਸਤਾ ਆਪਾਂ ਨੇ, ਠੀਕ ਹੈ। ਕੋਈ ਲੰਬਾ ਝਮੇਲਾ ਨਹੀਂ, ਆਏ ਨਹੀਂ ਵੀ ਵੀਡੀਓ ਅਖੀਰ ਤੱਕ ਦੇਖਿਓ ਜੇ ਵੋ, ਹੈ ਨਾ, ਜਿਵੇਂ ਵੀ ਆ।
ਹੁਣ ਸਮਰਾਲੇ ਚੱਲੇ ਆ ਸਮਰਾਲੇ ਵਾਲਾ ਕਲਿੱਪ ਇਸ ਤੋਂ ਬਾਅਦ ਮੈਂ ਐਡ ਲੱਗਿਆ ਕਰਨ ਤੇ ਬਾਕੀ ਦੇਖੋ ਹੁਣ ਟਰੈਕਟਰਾਂ ਨੂੰ ਤੇ ਬਾਕੀ ਸਮਰਾਲੇ ਪਹੁੰਚ ਗਏ ਸੀ ਗਿੱਲ ਐਂਡ ਕਲੇਅਰ ਫਾਰਮ ਵਾਲਿਆਂ ਦੇ ਇੱਥੇ ਕਿਉਂ ਆਏ ਆ ਤੁਹਾਨੂੰ ਕਾਰਨ ਦੱਸਦੇ ਹਾਂ ਆਪਾਂ ਇੱਥੇ ਆਪਾਂ ਨੇ ਨਾ ਟਰੈਕਟਰ ਲਿਆ ਸੀ ਅਮਨੀ ਉਹਨਾਂ ਨੇ ਅਮਨੀ ਮੇਰੇ ਨਾਲ ਆ ਅਮਨੀ ਨੇ ਲਿਆ ਸੀ 855 ਫਿਲਹਾਲ ਇੱਥੇ ਟਰੈਕਟਰ ਖੜੇ ਨੇ ਬਹੁਤ 855 ਲਿਆ ਤਾਂ ਆਪਾਂ ਨੇ ਇੱਥੇ ਮੈਸੀ ਘਟਾਤਾ ਤਾ ਅਤੇ ਮੈਸੀ ਦੀ NOC ਕਰਕੇ ਥੋੜ੍ਹਾ ਜਿਹਾ ਸਾਨੂੰ ਅੱਜ ਆਉਣਾ ਪਿਆ ਇੱਥੇ ਅਤੇ ਮੈਂ ਵੀ ਚਲੋ ਆਏ ਪਏ ਹਾਂ ਇੱਕ ਵਾਰ ਆਪਾਂ ਤੁਹਾਨੂੰ ਟਰੈਕਟਰ ਵੀ ਦਿਖਾ ਦਈਏ ਇੱਥੇ ਹੈ ਨਾ ਵੀ ਕਿਹੜੇ ਕਿਹੜੇ ਟਰੈਕਟਰ ਆ ਜਿਹੜੇ ਇੱਥੇ ਖੜ੍ਹੇ ਸੋ ਬਾਹਰ ਵੀ ਖੜ੍ਹੇ ਆ ਬਾਕੀ ਟਰੈਕਟਰ ਵਾਧੂ ਹੁੰਦੇ ਆ ਇਹਨਾਂ ਕੋਲ ਕਹਿੰਦੇ ਬਾਕੀ ਗਦਾਮ 'ਚ ਖੜ੍ਹੇ ਆ 5500 ਰੇਟ ਰੂਟ ਮੈਂ ਕੁਛ ਨਹੀਂ ਦੱਸ ਸਕਦਾ ਰੇਟ ਤੁਸੀਂ ਮੈਂ ਕੰਟੈਕਟ ਨੰਬਰ ਪਾ ਦੂੰਗਾ ਵੀਡੀਓ ਦੇ ਵਿੱਚ ਠੀਕ ਹੈ ਤੁਸੀਂ ਆਪਣਾ ਫੋਨ ਕਰ ਲਿਓ ਤੁਹਾਨੂੰ ਟਰੈਕਟਰਾਂ ਜਿਹੜੇ ਉਹਨਾਂ ਦੀ ਕੰਡੀਸ਼ਨ ਦਿਖਾਈ ਜਾਂਦਾ ਮਾਡਲ ਮੂਡਲ ਵੀ ਸਾਰੇ ਉੱਚੇ ਹੀ ਨੇ ਰੱਖਦੇ 53-10 ਖੜ੍ਹਾ ਇੱਧਰ 855 ਇਹ ਲੇਡੀਅਲ ਟਾਇਰਾਂ 'ਚ ਬੜੇ ਟਾਇਰਾਂ 'ਚ ਜਾਣੀ ਡਿਸਟ੍ਰੀਬਿਊਟਰ ਸਾਰੀ ਪੈਰ ਪੂਰ ਵਾਲੀ ਲੱਗੀ ਹੋਈ ਹੈ ਅਮਨੀ ਆ ਨਹੀਂ ਤਾਂ ਜਦ ਤੁਸੀਂ ਦੇਖ ਕੇ ਗਏ ਹੈ ਨਾ ਇਹ ਵਾਲਾ ਨਹੀਂ ਤਾਂ ਅੱਛਾ ਉਹ ਖੜ੍ਹਾ ਸੀ ਜਦ ਇਹਨਾਂ ਨੇ ਵੀ 855 ਲਿਆ ਉਹਦਾ ਵੀ ਦੱਸਦੇ ਹਾਂ ਵੀ ਕਿੰਨੇ ਦਾ ਸੌਦਾ ਜਿਹੜਾ ਬਣਿਆ ਤਾ ਅਤੇ ਇੱਧਰ 37 ਸਪੈਸ਼ਲ ਐਡੀਸ਼ਨ 4x4 ਇਹਦੇ ਫਰੰਟ ਟਾਇਰ ਹੈਗੇ ਆ 9x5x24 ਪਿਛਲੇ 16 ਦੇ ਆ ਗਏ ਠੀਕ ਹੈ ਜੀ ਆਪਾਂ ਜਿਹੜੇ ਮਾਡਲ ਦੱਸ ਦਿੰਦੇ ਹੈ ਨਾ ਰੇਟ ਹੈ ਜਿਹੜਾ ਉਹ ਆਪਾਂ ਮੈਂ ਨਾਲ ਨੀਚੇ ਸਕਰੀਨ 'ਤੇ ਨੰਬਰ ਵੀ ਸ਼ੇਅਰ ਕਰ ਦਿੰਦਾ ਬਾਕੀ ਪਿੱਛੇ ਪੋਸਟਰ ਤੁਸੀਂ ਦੇਖ ਰਹੇ ਹੋ ਉਹਦੇ 'ਤੇ ਵੀ ਕੰਟੈਕਟ ਨੰਬਰ ਲਾਏ ਹੋਏ ਆ ਵੀਰ ਦਾ ਮੈਂ ਨਾਮ ਅਤੇ ਨੰਬਰ ਤੁਹਾਨੂੰ ਨਾਲ ਦਿਖਾ ਦੂੰਗਾ ਅਤੇ ਬਾਕੀ ਆ ਜਾਓ ਵੀ ਨਾਲ ਮਾਡਲ ਦੱਸੀ ਜਾਇਓ ਵੀ ਕਿਹੜੇ ਕਿਹੜੇ ਆ ਜਿਵੇਂ 36 ਖੜ੍ਹਾ ਹੁਣ ਫੋਰ ਵੀਲ ਡਰਾਈਵ ਇਹ ਕਿੰਨਾ ਮਾਡਲ ਆਪਣਾ 20 ਮਾਡਲ ਲਈ ਅੱਛਾ ਜਿਹੜੀ ਚੱਲੇ ਹੋਏ ਸਾਰੇ ਜੈਨੂਇਨ ਆ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਵੀ ਬੇਫਿਕਰ ਹੋ ਕੇ ਬੰਦਾ ਆ ਗਿਆ ਨਾ ਆ ਜਾਂ ਨਹੀਂ ਨਾਲ ਮਾਡਲ ਦੱਸੀ ਚਲੋ ਆਪਾਂ 2021 ਮਾਡਲ ਹੋ ਗਿਆ ਜੀ ਅੱਛਾ 21 ਮਾਡਲ ਆ ਤਾਂ ਠੀਕ ਆ ਇਹ 2013 ਮਾਡਲ ਆ ਗਏ ਸੋਨਾਲੀਕਾ 750 RX ਆਪਣਾ ਫੋਨ ਕਰਕੇ ਜਿਹੜਾ ਪਤਾ ਕਰਦੇ ਹੋ ਜਿਵੇਂ ਵੀ ਬਾਕੀ ਫੋਨ ਕਰਨ ਦੀ ਬਜਾਏ ਜੇ ਤੁਸੀਂ ਆ ਜਾਓ ਤਾਂ ਸਭ ਤੋਂ ਵਧੀਆ ਗੱਲ ਹੈ ਹਨਾ ਕਿਉਂਕਿ ਫੋਨ ਤੇ ਬੰਦਾ ਫਿਰ ਕਾਣ ਤੇ ਵੀ ਮੰਨ ਜਾਂਦਾ ਹਨਾ ਫੋਨ ਤੇ ਆਪਾਂ ਜਿੰਨਾ ਵੱਧ ਤੋਂ ਵੱਧ ਆਪਾਂ ਫੋਨ ਕਰੀਏ ਫੋਨ ਤੇ ਡੀਲਿੰਗ ਹੁੰਦੀ ਨਹੀਂ ਹੈ ਬੰਦਾ ਸਵਾਦ ਵਾਲੀ ਹੁੰਦਾ ਅੱਛਾ 15 ਮਾਡਲ ਆ ਗਿਆ ਠੀਕ ਹੈ ਅੱਗੇ ਫਿਰ ਆ ਗਿਆ 9500 ਇਹ ਅੱਛਾ 2016 ਦੇ ਟਾਇਰਾਂ 'ਚ ਹੈ ਵੀ ਠੀਕ ਹੈ ਇਹ 14 ਮਾਡਲ ਆ ਗਿਆ ਜੀ ਅਤੇ ਅੱਗੇ 61 ਮਾਡਲ ਅੱਛਾ 7 ਮਾਡਲ ਠੀਕ ਹੈ 19 ਮਾਡਲ 605 ਸਾਈਡ ਗੇਅਰ ਸ਼ਟਲ ਸ਼ਿਫਟ ਤਾਂ ਨਹੀਂ ਹੈ ਜੀ ਇਹ ਦੂਜਾ ਹੀ ਹੈ ਇਹ ਉਹ ਤਾਂ 13-14 ਚਾਹੀਦੇ ਅੱਛਾ 13-14 ਦੇ ਵਿੱਚ ਠੀਕ ਹੈ ਅਤੇ ਅੱਗੇ ਆ ਗਿਆ ਨਿਊਲੈਂਡ ਐਕਸਲ ਸੀਰੀਜ਼ ਦਾ ਇਹ ਸ਼ਟਲ ਅੱਛਾ 4-wheel ਡਰਾਈਵ 'ਚ ਹੈ ਜੀ ਸ਼ਟਲ ਲੀਵਰ ਵਾਲਾ ਇਹ ਟਰੈਕਟਰ ਵੀ ਬੜੇ ਮੈਨੂੰ ਬੜੇ ਪਸੰਦ ਨੇ ਇਹ ਵਾਲੇ 55-10 ਅੱਗੇ ਹੈ ਨਾ ਉਹ ਵਾਲੇ ਅੱਛਾ 2000 ਮਾਡਲ ਫਾਰਮ ਟਰੈਕ 45 ਸੋ ਦੇਖੀ ਚਲੋ ਟਰੈਕਟਰ 52-45 ਨਾਲ ਤੁਸੀਂ ਟਾਇਰਾਂ ਦੀਆਂ ਕੰਡੀਸ਼ਨਾਂ ਵੀ ਦੇਖੀ ਚਲੋ ਸੋ ਸਾਰੇ ਟਾਇਰਾਂ ਦੇ ਮਾਰਕਿੰਗ ਲੈ ਕੇ ਸਾਰਾ ਕੁਝ ਜੈਨੂਅਨ ਹੈ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਹੈ ਅੱਗੇ ਆ ਗਿਆ ਸੋਨਾਲੀਕਾ 16 ਦੇ ਟਾਇਰਾਂ 'ਚ 17 ਮਾਡਲ 17 ਜੀ ਠੀਕ ਹੈ ਇਹ ਵੀ 16 ਦੇ ਟਾਇਰਾਂ 'ਚ ਜੀ ਵੱਡਾ 60 ਪਾਵਰ ਵਾਲਾ ਅੱਛਾ ਇਹ 700 ਅੱਛਾ ਇਹਦੇ ਬਿਲਕੁਲ ਸਾਰੇ ਬੰਦੇ ਦੇ ਨਾਮ ਦੀ ਫਸਟ ਓਨਰ 'ਚ ਆ ਜੂਗਾ ਜਿਹੜੇ ਠੀਕ ਹੈ ਸੋ ਇਹ ਫਸਟ ਓਨਰ 'ਚ ਆਊਗਾ ਜੀ 750 ਇਹ ਵੀ ਨਵਾਂ ਮਾਡਲ ਹੈ ਹਾਲੇ ਬਿਲਕੁਲ ਵੀਰੋ ਨਹੀਂ ਕਹਿੰਦੇ ਸਾਰੇ ਉਹਦੇ ਨਾਲ ਦੇ ਇਹ ਆ ਗਿਆ 3600 ਨਿਊਜ਼ੀਲੈਂਡ 2009 ਮਾਡਲ ਠੀਕ ਹੈ ਹੁੱਡ ਹੱਟ ਦਾ ਸਾਰਾ ਕੰਪਲੀਟ ਹੋਊਗਾ ਜੋ ਅਸੈਸਰੀ ਲੱਗੀ ਹੋਈ ਹੈ ਵੀ ਠੀਕ ਹੈ ਜੀ ਅੱਗੇ ਆ ਗਿਆ 53-10 17 ਮਾਡਲ ਸੋ ਦੇਖੋ ਕੰਡੀਸ਼ਨ ਤੁਸੀਂ ਬਾਕੀ ਫੋਨ ਕਰਕੇ ਜਾਂ ਇੱਥੇ ਤੁਸੀਂ ਆ ਸਕਦੇ ਹੋ ਵਿਜ਼ਿਟ ਕਰੋ ਇੱਥੇ ਆ ਕੇ ਤੁਸੀਂ ਦੇਖੋ ਟਰੈਕਟਰਾਂ ਦੀ ਕੰਡੀਸ਼ਨ ਅੱਗੇ 50-50D ਆ ਗਏ ਠੀਕ ਹੈ ਜੀ ਇਹ ਵੀ 17 ਮਾਡਲ ਠੀਕ ਹੈ ਅਤੇ ਕਾਫ਼ੀ ਮੈਨੂੰ ਜਮਾਂ ਨਵਾਂ ਲੱਗਦਾ ਇਹਦੇ ਵੀ ਬਿਲਕੁਲ ਹੈ ਨਾ ਠੀਕ ਹੈ ਇੰਡੋ ਫਾਰਮ ਆ ਗਿਆ 30-55 ਕੌਂਸਟੈਂਟ ਮੈਸ਼ ਗੇਅਰ ਬੋਕਸ ਦੇ ਨਾਲ ਸੋ ਟਰੈਕਟਰ ਤੁਹਾਨੂੰ ਦਿਖਾ ਤੇ ਬਾਕੀ ਇਹਨਾਂ ਦੀ ਡਾਕੂਮੈਂਟੇਸ਼ਨ ਦਾ ਵੀ ਸਾਰਾ ਜਿੰਨੀ ਵੀ ਆ ਟਰੈਕਟਰ ਤੁਸੀਂ ਦੇਖੇ ਆ 12 ਮਾਡਲ ਤੋਂ ਉੱਪਰ ਟਰੈਕਟਰ ਦੀ ਤੁਸੀਂ ਡੀਲ ਕਰਦੇ ਹੋ ਤਾਂ ਉਹਦੇ ਤੇ ਫਾਈਨੈਂਸ ਦੀ ਵੀ
ਫੈਸਿਲਿਟੀ ਜਿਹੜੀ ਅਵੇਲੇਬਲ ਹੈ ਜੀ। ਸੋ ਜ਼ਰੂਰ ਆਇਓ ਇੱਥੇ, ਅਸੀਂ ਤਾਂ ਇੱਥੋਂ ਲੈ ਕੇ ਚੱਲੇ ਇੱਕ ਟਰੈਕਟਰ ਮੈਸੀ ਦੇ ਚੱਲੇ ਹੈ ਨਾ, ਅਤੇ ਬਾਕੀ ਹੁਣ ਤੁਸੀਂ ਦੇਖਿਆ ਹੀ ਤਾਂ ਵੀਡੀਓ ਦੇ ਵਿੱਚ ਜਿਹੜਾ ਆਪਾਂ ਪਿੰਡ ਜ਼ੋਰ ਦਿਖਾਇਆ ਸੀ, ਵੀਡੀਓ ਦੇਖੀ ਲੋਕਾਂ ਨੇ ਉੱਦਣ 855 ਵਾਲੀ। ਸੋ ਠੀਕ ਹੈ, ਬਾਕੀ ਹੁਣ ਨੰਬਰ ਮੈਂ ਤੁਹਾਨੂੰ ਨਾਲ ਦਿੱਤਾ ਵੀਰ ਦਾ ਵੀ, ਵੀਰ ਦਾ ਆਪਣਾ ਚੈਨਲ ਵੀ ਹੈ, ਤੁਹਾਡਾ ਕੀ ਨਾਮ ਤੇ ਜੀ? ਗਿੱਲ ਐਂਡ ਕਲੀਅਰ ਫਾਰਮ। ਗਿੱਲ ਐਂਡ ਕਲੀਅਰ ਫਾਰਮ ਇਸੇ ਨਾਮ ਤੇ ਹੀ ਹੈ, ਠੀਕ ਹੈ। ਨਾਲ ਮੈਂ ਡਿਸਕ੍ਰਿਪਸ਼ਨ 'ਚ ਵੀਰ ਦਾ ਮੈਂ ਚੈਨਲ ਨੇਮ ਵੀ ਪਾ ਦੂੰਗਾ ਜੀ। ਸੋ ਠੀਕ ਹੈ ਜੀ ਫਿਰ, ਓਕੇ ਵੀਰ ਜੀ, ਥੈਂਕ ਯੂ। ਠੀਕ ਹੈ, ਸੋ ਜ਼ਰੂਰ ਪਹੁੰਚਿਓ ਜੀ, ਵਿਜ਼ਿਟ ਕਰਿਓ ਇੱਥੇ। ਟਰੈਕਟਰ ਬੜੇ ਸੋਹਣੇ ਸੋਹਣੇ ਖੜੇ ਨੇ ਵੀਰ ਉਹਨਾਂ ਕੋਲ। ਟਰੈਕਟਰ ਇੰਨੇ ਹੀ ਖੜਾ ਜਾਂ ਮਤਲਬ ਇਸ ਤੋਂ ਇਲਾਵਾ ਹੋਰ ਵੀ ਆਪਣੇ ਕੋਲ ਆਉਂਦੇ ਜਾਂਦੇ ਰਹਿੰਦੇ ਨੇ ਆਪਣੇ ਕੋਲ? ਰੋਪੜ ਵੀ ਆਪਣੀ ਸਵਰਾਜ ਦੀ ਅਸੀਂ। ਅੱਛਾ, ਵੀ ਆਪਣੀ ਮਰਿੰਡੇ ਵੀ ਤੁਹਾਡੀ ਸਵਰਾਜ ਦੀ? ਠੀਕ ਹੈ ਠੀਕ ਹੈ। ਸੋ ਬਾਕੀ ਫੋਨ ਕਰ ਲਿਓ ਜਿਵੇਂ ਦੀ ਵੀ ਡਿਮਾਂਡ ਹੈ ਵੀਰ ਦੀ, ਹੈ ਨਾ। ਫੋਰ ਵੀਲ ਡਰਾਈਵ 'ਚ ਵੀ, ਚਾਹੇ ਨੋਰਮਲ ਵੀ ਲੈਣਾ, 65-70 ਪਾਵਰ ਤੱਕ ਦੇ ਜਿੰਨੇ ਵੀ ਜਿਹੜਾ ਵੀ ਟਰੈਕਟਰ ਹੈ, ਛੋਟੀ ਪਾਵਰ ਜਿਵੇਂ ਉਹ ਉੱਪਰ ਮੈਸੀ ਖੜਾ 265 ਖੜਾ, ਹੈ ਨਾ, ਜਿੱਦਾਂ ਦੀ ਰਿਕੁਆਇਰਮੈਂਟ ਆ ਕਿਸੇ ਦੀ ਵੀ। ਸੋ ਜ਼ਰੂਰ ਕੰਟੈਕਟ ਕਰ ਲਿਓ, ਠੀਕ ਹੈ ਜੀ। ਬਾਕੀ ਕਰਿਓ ਮਾਣ ਤਾਣ ਹੁਣ ਜਿਹੜੇ ਆਉਣਗੇ, ਉਹੀ ਗੱਲ ਹੈ। ਠੀਕ ਹੈ, ਓਕੇ ਜੀ।